ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੇਰਾ ਨਾਂ ਅਰਜਨ ਸਿੰਘ ਹੈ। ਮੈਂ ਤੁਹਾਡੇ ਅੱਗੇ ਕਰਜ਼ ਕਰਨੀ ਚਾਹੁੰਦਾ, ਜੇ ਤੁਸੀਂ ਪ੍ਰਵਾਨ ਕਰੋ ਤਾਂ। ਬੇਝਿਜਕ ਹੋ ਕੇ ਆਪਣੇ ਦਿਲ ਦੀ ਗੱਲ ਦੱਸੋ ਸਿੰਘ ਜੀ। ਇਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸਾਏ ਖਾਲਸਾ ਪੰਥ ਦਾ ਦਰਬਾਰ ਹੈ। ਇੱਥੇ ਕਿਸੇ ਦੀ ਵੀ ਗੱਲ ਠੁਕਰਾਈ ਨਹੀਂ ਜਾਂਦੀ। ਖਾਲਸਾ ਜੀ, ਮੁਗਲ ਫੌਜਾਂ ਨੇ ਚਾਰੇ ਪਾਸੇ ਸਹਿਮ ਤੇ ਡਰ ਦਾ ਮਾਹੌਲ ਬਣਾ ਰੱਖਿਆ। ਅਜਿਹੇ ਮੌਕੇ ਆਮ ਲੋਕਾਂ ਦੀ ਨਜ਼ਰ ਖਾਲਸਾ ਪੰਥ ਤੇ ਹੈ ਤੇ ਮੈਂ ਵੀ ਇਸ ਮਹਾਨ ਕਾਰਜ ਲਈ ਆਪਣੇ ਟੱਬਰ ਵੱਲੋਂ ਛੋਟਾ ਜਿਹਾ ਹਿੱਸਾ ਪਾਉਣਾ ਚਾਹੁੰਦਾ, ਜੇ ਤੁਸੀਂ ਪ੍ਰਵਾਨ ਕਰੋ ਤਾਂ। ਗੁਰੂ ਦੀ ਮਿਹਰ ਸਦਕਾ ਤੁਹਾਡੇ ਮਨ ਅੰਦਰ ਇਹ ਬਲਬਲਾ ਪੈਦਾ ਹੋਇਆ। ਦੱਸੋ ਕੀ ਸੇਵਾ ਪਾਉਣਾ ਚਾਹੁੰਦੇ ਹੋ? ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਦੋਵੇਂ ਸੁਪੁੱਤਰ ਤੇ ਇੱਕ ਆਪਣਾ ਇੱਕ ਘੋੜਾ ਗੁਰੂ ਦੀਆਂ ਲਾਡਲੀਆਂ ਫੌਜਾਂ ਲਈ ਅਰਪਣ ਕਰਨਾ ਚਾਹੁੰਦਾ। ਤੁਹਾਡੀ ਸ਼ਰਧਾ ਬਹੁਤ ਨੇਕ ਅਤੇ ਪਵਿੱਤਰ ਹੈ ਸਿੰਘ ਜੀ। ਚੰਗੀ ਤਰ੍ਹਾਂ ਸੋਚ ਲਓ, ਖਾਲਸਾ ਪੰਥ ਦੇ ਹਰ ਸਿਪਾਹੀ ਨੂੰ ਲਾੜੀ ਮੌਤ ਨਾਲ ਵਿਆਹ ਕਰਾਉਣ ਲਈ ਹਰ ਸਮੇਂ ਤਿਆਰ ਰਹਿਣਾ ਪੈਂਦਾ। ਜੰਗਲਾਂ ਬੇਲਿਆਂ ਅਤੇ ਰੜੇ ਮੈਦਾਨੀ ਸੌਣਾ ਪੈਂਦਾ ਤੇ ਕਈ ਵਾਰੀ ਤਾਂ ਦੁਸ਼ਮਣਾਂ ਨਾਲ ਅੱਧੀ ਅੱਧੀ ਰਾਤ ਨੂੰ ਵੀ ਟੱਕਰ ਲੈਣੀ ਪੈਂਦੀ ਹੈ। ਇਹ ਗੱਲ ਮੈਂ ਜਾਣਦਾ ਤੇ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਖਾਲਸਾ ਜੀ, ਕਿ ਗੁਰੂ ਦੀਆਂ ਫੌਜਾਂ ਕਿੰਨੀਆਂ ਮੁਸ਼ਕਲਾਂ ਚੱਲ ਕੇ ਲੋਕਾਂ ਦਾ ਭਲਾ ਕਰਦੀਆਂ ਨੇ ਤੇ ਉਸ ਮੌਕੇ ਸਾਡੇ ਵਰਗੇ ਆਮ ਲੋਕ ਆਪਣੇ ਘਰਾਂ 'ਚ ਆਰਾਮ ਨਾਲ ਸੁੱਤੇ ਪਏ ਹੁੰਦੇ ਨੇ। ਪਰ ਤੁਸੀਂ ਦੱਸੋ, ਸਾਡੇ ਤੋਂ ਵੱਡਾ ਕ੍ਰਿਤ ਕਰਨ ਹੋਰ ਕੌਣ ਹੋ ਸਕਦਾ? ਕੀ ਨਾਂ ਨੇ ਇਹਨਾਂ ਭਚੰਗੀਆਂ ਦੇ? ਜੀ ਮੇਰਾ ਨਾਮ ਬੇਲਾ ਸਿੰਘ ਹੈ। ਜੀ ਮੇਰਾ ਨਾਂ ਕੇਵਲ ਸਿੰਘ ਹੈ। ਪੁੱਤਰੋ, ਤੁਸੀਂ ਆਪਣੇ ਬਾਪੂ ਦੇ ਕਹੇ ਤੇ ਆਏ ਹੋ ਜਾਂ ਤੁਹਾਡੇ ਆਪਣੇ ਮਨ ਅੰਦਰ ਵੀ ਕੋਈ ਸ਼ਰਧਾ ਹੈਗੀ? ਜਥੇਦਾਰ ਜੀ, ਜਦੋਂ ਮੇਰੀ ਮਾਂ ਮੈਨੂੰ ਸਾਹਿਬਜ਼ਾਦਿਆਂ ਦੇ ਕਿੱਸੇ ਸੁਣਾਉਂਦੀ ਸੀ, ਮੇਰੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਸੀ ਤੇ ਮੇਰਾ ਦਿਲ ਕਰਦਾ ਸੀ ਮੇਰੇ ਹੱਥ ਵਿੱਚ ਕਿਰਪਾਨ ਆਵੇ ਤੇ ਮੈਂ ਵਜੀਦੇ ਦਾ ਸਿਰ ਧੌਣ ਤੋਂ ਬਕ ਕਰ ਦਿਆਂ। ਸਤਨਾਮ ਵਾਹਿਗੁਰੂ। ਜਦੋਂ ਮਾਤਾ ਜੀ ਨੇ ਨੀਹਾਂ ਦਾ ਕਿੱਸਾ ਸੁਣਾਇਆ ਸੀ ਤਾਂ ਮੈਂ 3 ਦਿਨ ਤੱਕ ਰੋਟੀ ਨਹੀਂ ਸੀ ਖਾ ਸਕਿਆ। ਰਾਤੀ ਸੁੱਤਾ ਪਿਆ ਵੀ ਇਹੋ ਸੋਚਦਾ ਰਹਿੰਦਾ ਸੀ ਕਿ ਉਸ ਅੰਮ੍ਰਿਤ ਵਿੱਚ ਕੀ ਸ਼ਕਤੀ ਹੈ ਜਿਸ ਨੂੰ ਛਕਣ ਤੋਂ ਬਾਅਦ ਇੰਨੇ ਦਲੇਰ ਬਣ ਜਾਈਦਾ। ਸਿੰਘ ਜੀ, ਤੁਸੀਂ ਵੀ ਸਾਨੂੰ ਛੇਤੀ ਛੇਤੀ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਦਿਓ ਤਾਂ ਕਿ ਅਸੀਂ ਵੀ ਆਪਣੇ ਸਿਰ ਚੜੇ ਕਰਜ਼ਾ ਉਤਾਰ ਸਕੀਏ। ਸ਼ਾਬਾਸ਼, ਆਓ ਮੇਰੇ ਕੋਲ ਆਓ। ਅਰਜਨ ਸਿੰਘ ਜੀ, ਤੁਸੀਂ ਬੇਫਿਕਰ ਹੋ ਕੇ ਆਪਣੇ ਘਰ ਜਾਓ। ਕੀ ਗੱਲ ਸਿੰਘ ਜੀ, ਤੁਹਾਡੀਆਂ ਅੱਖਾਂ ਵਿੱਚ ਅੱਥਰੂ? ਕਿਤੇ ਪੁੱਤਰ ਮੋਹ ਤਾਂ ਨਹੀਂ ਜਾਗ ਪਿਆ? ਮਾਫ ਕਰਨਾ ਖਾਲਸਾ ਜੀ, ਹੇ ਅੱਥਰੂ ਕਿਸੇ ਵਿਛੋੜੇ ਦੇ ਨਹੀਂ, ਕਿਸੇ ਮੋਹ ਦੇ ਨਹੀਂ, ਸਗੋਂ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਦੇ। ਖਾਲਸਾ ਜੀ, ਅੱਜ ਮੇਰਾ ਜੀਵਨ ਸਫਲਾ ਹੋ ਗਿਆ, ਇਸ ਲਈ ਇਹਨਾਂ ਅੱਖਾਂ ਚੋਂ ਅੱਥਰੂ ਵਹਿ ਤੁਰੇ। ਸਹੀ ਗੱਲ ਪੁੱਤਰ ਮੋਦੀ, ਕਲੰਗੀਆਂ ਵਾਲੇ ਸਤਿਗੁਰ ਨੇ 4 ਪੁੱਤ ਬਾਰ ਕੇ ਐਸੀ ਮਿਸਾਲ ਕਾਇਮ ਕੀਤੀ ਹੈ ਕਿ ਮੈਂ ਆਪਣੇ 2 ਪੁੱਤਰ ਤੱਕ ਹੀ, ਜੇ ਮੇਰੇ 100 ਪੁੱਤ ਵੀ ਹੁੰਦੇ, ਮੈਂ ਆਪਣੇ ਸਾਰੇ ਪੁੱਤ ਗੁਰੂ ਦੀਆਂ ਲਾਡਲੀਆਂ ਫੌਜਾਂ ਲਈ ਅਰਪਣ ਕਰ ਦਿੰਦਾ ਤੇ ਆਪ ਉਸ ਅਕਾਲ ਪੁਰਖ ਦਾ ਭਾਣਾ ਮੰਨਦਾ ਤੇ ਸਾਰੀ ਉਮਰ ਉਸ ਪਰਮਾਤਮਾ ਦੀ ਰਜ਼ਾ ਵਿੱਚ ਗੁਜ਼ਾਰਦਾ। ਅੱਛਾ ਅੱਛਾ ਮੇਰੇ ਪੁੱਤਰੋ, ਹੋਏ ਖਿਆਲ ਰੱਖਿਓ, ਜਿਹੜੀ ਮਾਂ ਨੇ ਤੁਹਾਨੂੰ ਬਾਤਾਂ ਸੁਣਾ ਸੁਣਾ ਕੇ ਤਿਆਰ ਕੀਤਾ, ਵੇਖਿਓ ਵੇਖਿਓ ਕਿਤੇ ਉਹਦੇ ਦੁੱਧ ਨੂੰ ਲਾਜ ਨਾ ਲਾ ਦਿਓ ਪੁੱਤਰੋ। ਬਾਪੂ ਜੀ, ਸਾਡਾ ਕਦੇ ਵੀ ਫਿਕਰ ਨਾ ਕਰਨਾ, ਅਸੀਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣ ਜਾਵਾਂਗੇ ਤੇ ਕਦੇ ਨਹੀਂ ਡੋਲਾਂਗੇ। ਵਾਹ, ਗੁਰੂ ਭਲਾ ਕਰੇ, ਗੁਰੂ ਭਲਾ ਕਰੇ। ਅੱਛਾ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਧਿਆਨ ਸਿੰਘ ਜੀ, ਭਾਈ ਧਿਆਨ ਸਿੰਘ ਜੀ, ਅੰਮ੍ਰਿਤ ਵਾਟੇ ਦੀ ਤਿਆਰੀ ਕੀਤੀ ਜਾਵੇ। ਪਹਿਲੇ ਆਏ ਨੌਜਵਾਨਾਂ ਨਾਲ ਇਹਨਾਂ ਭਚੰਗਿਆਂ ਨੂੰ ਵੀ ਤਿਆਰ ਕੀਤਾ ਜਾਵੇ। ਜਥੇਦਾਰ ਸਰਦਾਰ ਜੱਸਾ ਸਿੰਘ ਹੋਰਾਂ ਦੇ ਅਗਲੇ ਹੁਕਮਾਂ ਤੱਕ ਆਪਣਾ ਪੜਾਅ ਇੱਥੇ ਹੀ ਰਹੇਗਾ। ਸਤਿ ਵਚਨ ਜਥੇਦਾਰ ਜੀ। ਹਜ਼ੂਰ, ਕਲਕੱਤਾ ਇਜਾਜ਼ਤ ਚਾਹਤਾ ਹੈ। ਇਜਾਜ਼ਤ ਹੈ। क्या खबर? गुस्ताखी माफ हुजूर, हुजूर एक बहुत बुरी खबर है। बयान करो। हुजूर, सिखों ने लाहौर शहर पर हमला कर दिया है। हमारी हुकूमत को बहुत भारी नुकसान हो रहा है। तो फिर वो लाहौर का मीर मोहम्मद खान क्या कर रहा है? सिखों को शिकस्त देने की कोई कोशिश? गुस्ताखी माफ हुजूर, मीर मोहम्मद खान सिखों से डर गया है। उसने शहर की दहलीज के सभी दरवाजे बंद कर दिए हैं। लाहौर शहर खुद ब खुद घेराबंदी का शिकार बन गया है। आने जाने के सभी रास्ते बंद पड़े हैं। हुजूर, बकवास बंद करो। नालायक और डरपोक हुक्मरानों का यही हश्र होता है। हम यहाँ पानीपत की फतह का जश्न मना रहे हैं और वहाँ वो मीर मोहम्मद खान है। अब क्या हुक्म है जहां बना? बेबसी का आलम है शेख। खलकत खान, तुम मीर मोहम्मद के पास मेरा पैगाम लेकर जाओ और उससे कहो कि वो इस आफत से जल्द निजात पाने की कोशिश करे। कुछ अरसे बाद मैं खुद निपटूंगा इन सिखड़ों के साथ। पक लिया। इन सिखों को काबू में करना होगा। इनकी बढ़ती तादाद को रोकना होगा। मुझे जल्दी ही कुछ करना होगा। ਬੀਬੀਓ, ਕਿੰਨਾ ਚਿਰ ਲੱਗੂ ਹਲੇ ਪ੍ਰਸ਼ਾਦੇ ਬਣਾਉਣ ਵਿੱਚ? ਅੱਜ ਤਾਂ ਸੁੱਖ ਨਾਲ ਭੁੱਖ ਵੀ ਚੜ ਆਈ। ਬਸ ਜੀ, ਲੰਗਰ ਤਿਆਰ ਹੋ ਜਾਊ ਥੋੜੀ ਦੇਰ ਚ। ਜੋਈ ਸਿੰਘ ਜੀ ਗੱਤਕੇ ਦੇ ਜੌਹਰ ਦਿਖਾ ਕੇ ਵੇਲੇ ਹੋ ਕੇ ਆ ਕੇ ਅਰਦਾਸ ਕਰਨਗੇ, ਅਸੀਂ ਲੰਗਰ ਸ਼ੁਰੂ ਕਰ ਦਿਆਂਗੇ। ਮੈਂ ਖਾਲਸਾ ਜੀ ਨੂੰ ਬੇਨਤੀ ਕਰਦਾ ਕਿ ਜਲਦੀ ਅਰਦਾਸ ਕਰ ਲੈਣ, ਢਿੱਡ ਦੇ ਅੰਦਰ ਚੂਹਿਆਂ ਨੇ ਖੌਰੂ ਪਾਇਆ ਪਿਆ। ਸਿੰਘ ਜੀ, ਜੰਗਲ ਚ ਬਿੱਲੀਆਂ ਬਹੁਤ ਨੇ, ਇੱਕ ਅੱਧੀ ਰੱਖ ਲੋ, ਚੂਹੇ ਮਾਰਨ ਦੇ ਕੰਮ ਵੀ ਆਉਣਗੀਆਂ। ਸਾਡੀ ਨਜ਼ਰ ਤਾਂ ਵੱਡੇ ਬਿੱਲੇ ਤੇ ਹੈ, ਜਿੱਦਣ ਉਹ ਹੱਥ ਲੱਗ ਗਿਆ ਸਾਡੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ। ਨਾ, ਕਿਹੜੇ ਬਿੱਲੇ ਦੀ ਗੱਲ ਕਰਦੇ ਹੋ? ਅਹਿਮਦ ਸ਼ਾਹ ਬਿੱਲਾ, ਹੋਰ ਕਿਹੜਾ? ਬੀਬੀ, ਜਿੱਦਣ ਉਹ ਮੇਰੇ ਅੜਿੱਕੇ ਚੜ ਗਿਆ, ਧੌਣ ਤੇ ਗੋਡਾ ਰੱਖ ਐਸਾ ਮਰੋੜਾ ਦਿਉ, ਇੱਕ ਵਾਰੀ ਚ ਕੜਿੱਕ ਜੀ ਹੋ ਜੂ। ਵਾਹਿਗੁਰੂ ਤੇਰੀ ਇਹ ਇੱਛਾ ਛੇਤੀ ਪੂਰੀ ਕਰੇ। ਅੱਜ ਗੁਰੂ ਦਾ ਹਰ ਸਿੰਘ ਇਸ ਕੰਮ ਲਈ ਉਤਾਵਲਾ ਹੈ। 10ਵੇਂ ਪਾਤਸ਼ਾਹ ਨੇ ਇਜ਼ਲਾਵਰ ਦਾ ਫਾਸਤਾ ਵੱਢਣ ਲਈ ਜਿਹੜਾ ਪਾਠ ਸਾਨੂੰ ਪੜਾਇਆ ਸੀ, ਆਲੂ ਵਾਲੀਆ ਜੀ ਉਹਨੂੰ ਕੰਠ ਕਰਾ ਰਹੇ ਨੇ। ਚੰਗਾ ਬੀਬੀਓ, ਹੁਣ ਤੁਸੀਂ ਛੇਤੀ ਛੇਤੀ ਪ੍ਰਸ਼ਾਦੇ ਲਾ ਲਓ, ਮੈਂ ਖਾਲਸਾ ਜੀ ਦਾ ਭੁੱਖ ਵੱਲ ਧਿਆਨ ਦਵਾਵਾਂ, ਕੀ ਪਤਾ ਕਦੋਂ ਹੁਕਮ ਆ ਜੇ ਹੱਲਾ ਬੋਲਣ ਦਾ। ਚਲੋ ਬੀਬੀਓ।